ਮੁੱਖ ਮੰਤਰੀ ਸ਼ਰਾਬ ਪੀ ਕੇ ਜਹਾਜ਼ ਤੋਂ ਲਾਇਆ ਜਾ ਸਕਦਾ, ਜਦੋਂ ਮੁੱਖ ਮੰਤਰੀ ਸ਼ਰਾਬ ਪੀ ਕੇ ਤਖ਼ਤ ਸਾਹਿਬ ਜਾ ਸਕਦਾ, ਜਦੋਂ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਜਾ ਸਕਦਾ। ਦਿਨ ਮਗਰੋਂ ਚੜ੍ਹਦਾ ਇੰਨਾ ਕੁਛ ਮੇਰੇ ਕੋਲ ਆਉਂਦਾ, ਹੁਣ ਤਾਂ ਮੇਰਾ ਫੋਨ ਹੀ ਜਾਮ ਹੋਇਆ ਫਿਰਦਾ ਕਿ ਮੈਂ ਤੁਹਾਨੂੰ ਵਿਖਾਉਂ। ਸੋ ਆਏ ਡਿਮਾਂਡ, ਇੱਕ ਇਨਕੁਆਇਰੀ ਕੀ ਹੈ, ਕਿਹਨੇ ਕਲੀਅਰੈਂਸ ਸਰਟੀਫਿਕੇਟ ਦਿੱਤਾ, ਔਰ ਨਾਲ ਦੀ ਨਾਲ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਮਲੇ 'ਚ ਜਿਹੜੀ ਰਿਜੈਕਸ਼ਨ ਦੇ ਉਹਨਾਂ ਦੇ ਕਾਰਨ ਬਣੇ, ਉਹ ਸਾਰਾ ਕੁਝ ਜਨਤਕ ਕਰ ਦਿਓ ਹੁਣ। ਪਰ ਹੁਣ ਤਾਂ ਡਰ ਰੱਖਦਾ, ਤੁਹਾਨੂੰ ਵੀ ਮੈਂ ਬੇਨਤੀ ਕਰਾਂ, ਚਲੋ ਸਾਨੂੰ ਤਾਂ ਨਹੀਂ ਮਿਲਦੇ, ਅਸੀਂ ਤਾਂ ਤੁਸੀਂ ਨਾ ਐਵੇਂ ਮਿਲ ਮੁਲ ਚਲੇ ਜਾਇਆ ਕਰੋ, ਬੜੇ ਖਤਰਨਾਕ ਬੰਦੇ ਨੇ। ਮਤਲਬ ਇਟਸ ਬੈਟਰ ਟੂ ਬੀ ਸੇਫ ਦੈਨ ਟੂ ਬੀ ਸੋਰੀ। ਮੇਰਾ ਇਹ ਕਹਿਣ ਦਾ ਭਾਵ ਹੈ ਕਿ ਨੋਟ ਵਨ ਮਿਨਿਸਟਰ, ਕੱਟਰ ਇਮਾਨਦਾਰਾਂ ਦੇ ਕੱਟਰ ਬੇਈਮਾਨ ਕੰਮ ਵੇਖੋ, ਫਰੋਮ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਕੇਸ ਟੂ ਸੌਦਾ ਸਾਧ ਟੂ ਮਾਈਨਿੰਗ ਇਸ਼ੂਜ਼ ਟੂ ਸੋਡਮੀ ਇਸ਼ੂਜ਼ ਟੂ ਕਟਾਰੂ ਚੱਕ ਇਸ਼ੂ, ਔਰ ਜਿਹੜੀ ਹਾਲੇ ਇੱਕ ਵੀਡੀਓ ਆਉਣੀ ਹੈ ਇੱਕ ਮੰਤਰੀ ਦੀ ਉਹਦੇ ਇਸ਼ੂ ਤੱਕ। ਇਹ ਵਿਆਹ ਵੀ ਉਹਨਾਂ ਦੇ ਜਾਵੇ ਜਿਨ੍ਹਾਂ ਤੇ ਮਾਈਨਿੰਗ ਦੇ ਪਰਚੇ, ਤੇ ਗੁਲਦਸਤੇ ਵੀ ਉਹਨਾਂ ਤੋਂ ਹੀ ਲਵੇ ਜਿਨ੍ਹਾਂ ਦੇ ਮਾਈਨਿੰਗ ਦੇ ਪਰਚੇ। ਸਰਕਾਰ ਦੇ ਹਾਲਾਤ ਵੇਖ ਲਓ, ਇੱਕ ਸਪੀਕਰ, ਦੋ ਕੈਬਨਿਟ ਦੇ ਮਿਨਿਸਟਰ ਤੇ ਹੋਮ ਮਿਨਿਸਟਰ, ਕੌਣ ਉਹ ਕਟਾਰੂ ਚੱਕਦਾ ਯਾਰ? ਭਗਵੰਤ ਮਾਨ ਜਿਹਨੇ ਕਟਾਰੂ ਚੱਕ ਨੂੰ ਕਲੀਨ ਚਿੱਟ ਦਿੱਤੀ, ਉਹਨੇ ਆਪਦੇ SSP ਨੂੰ ਕਹਿ ਕੇ ਇਹਨੂੰ ਵੀ ਕਲੀਨ ਚਿੱਟ ਦਵਾ ਦਿੱਤੀ। ਮਗਰ ਜਿੱਥੇ ਗੁਰਮੀਤ ਰਾਮ ਰਹੀਮ ਦੇ ਮਸਲੇ 'ਚ ਸੈਂਕਸ਼ਨ ਨਹੀਂ ਦੇਣੀ, ਦੋ ਦੋ ਸਾਲ ਉਸ ਕੇਸ 'ਚ ਤੁਹਾਡੀ ਸਿੱਟ ਦਾ ਫੈਸਲਾ, ਤੁਸੀਂ ਰਿਪੋਰਟ ਜਨਤਕ ਕਰ ਰਹੇ ਹੋ, ਉਸ ਰਿਪੋਰਟ 'ਚ ਜੋ ਲਿਖਿਆ ਉਹਦੇ 'ਤੇ ਤੁਸੀਂ ਧਿਆਨ ਨਹੀਂ ਦੇਣਾ ਚਾਹ ਰਹੇ, ਕੀ ਮਜਬੂਰੀ ਹੈ? ਸੰਧੋਆ ਉਹ ਬੰਦਾ ਹੈ ਜਿਹਨੂੰ ਪਹਿਲਾਂ ਵੀ ਵਾਪਸ ਭੇਜਤਾ ਸੀ ਕੈਨੇਡੀਅਨਸ ਨੇ, ਔਰ ਕੈਨੇਡੀਅਨ ਸਰਕਾਰ ਨੇ, ਕਿਉਂਕਿ ਇੱਥੇ ਏਡੇ ਗੰਭੀਰ ਆਰੋਪ ਸਨ। ਸਾਰੀਆਂ ਫੋਟੋਆਂ 'ਚ ਮੈਂ ਵੀ ਹੈਰਾਨ ਹੋ ਗਿਆ ਕਿ ਜੇਸ 'ਚ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ, ਕੰਪਲੇਨੈਂਟ ਭਾਵੇਂ ਆਪਦੀ ਕੰਪਲੇਂਟ ਵਿਡਰਾਅ ਕਰ ਜੇ, ਮਗਰ ਸੋਡਮੀ ਬਦਫੈਲੀ, ਬੱਚੇ ਨਾਲ ਬਦਫੈਲੀ ਦੇ ਜੁਰਮ ਤੇ ਇਹ ਪੁਲਿਸ ਇਹ ਵਿਡਰਾਅ ਨਹੀਂ ਕਰ ਸਕਦੀ ਕੇਸ, ਜੋ ਮਰਜ਼ੀ ਹੋ ਜੇ। ਮਗਰ ਇਹ ਬੰਦਾ ਏਡਾ ਜ਼ਰੂਰੀ ਆਮ ਆਦਮੀ ਪਾਰਟੀ ਲਈ, ਇਹਨਾਂ ਤੋਂ ਬਗੈਰ ਇਹਨਾਂ ਦੀ ਪਾਰਟੀ ਨਹੀਂ ਚੱਲਦੀ ਕਟਾਰੂ ਚੱਕ ਤੇ ਇਹੋ ਜਿਹਿਆਂ ਦੇ ਬਗੈਰ, ਕਿ ਉਹਨੂੰ ਸਪੈਸ਼ਲ ਕਲੀਅਰੈਂਸ ਦਵਾਉਣੀ ਪਈ ਕਿ ਉਹ ਉੱਥੇ ਪਹੁੰਚ ਜੇ ਵਿਆਹ ਤੇ, ਨਹੀਂ ਤਾਂ ਉਹਨੇ ਵਿਆਹ ਨਹੀਂ ਕਰਾਉਣਾ ਸੀਗਾ, ਕਹਿੰਦੇ ਉਹਦੀ ਵੀ ਜਿੱਦ ਸੀ। ਮੈਨੂੰ ਤਾਂ ਇਸ ਗੱਲ ਦੀ ਤਸੱਲੀ ਹੈ ਕਿ ਇਹਨਾਂ ਭਾਈ ਸਾਹਿਬ ਦਾ ਵਿਆਹ ਹੋ ਗਿਆ ਆਪਣੇ ਦਾ, ਮੇਰੇ ਵੱਡੇ ਵੀਰ ਦਾ, ਹਿੰਮਤ ਸਿੰਘ ਸ਼ੇਰਗਿੱਲ ਸਾਹਿਬ ਦਾ, ਬੜਾ ਔਖਾ ਹੋਇਆ। ਮੈਨੂੰ ਲੱਗਦਾ ਸ਼ਾਇਦ 45-50 ਸਾਲ ਦੀ ਉਮਰ ਹੈ, ਮੈਨੂੰ ਤਾਂ ਸੀਗਾ ਮੈਨੂੰ ਸੱਦਣਗੇ, ਮੈਨੂੰ ਨਹੀਂ ਸੱਦਿਆ। ਇਹ ਰਾਮ ਰਹੀਮ ਦੇ ਮਸਲੇ 'ਚ ਕਿੱਡਾ ਵਧੀਆ ਐਟੀਟਿਊਡ ਅਡਾਪਟ ਕਰਦੀ ਆ ਆਮ ਆਦਮੀ ਪਾਰਟੀ ਔਰ ਭਾਜਪਾ, ਉਹ ਤੁਹਾਡੇ ਸਾਹਮਣੇ ਉਹਨੂੰ ਬਾਰ ਬਾਰ ਪਰੋਲ ਮਿਲਦੀ ਹੈ। ਥੈਂਕ ਯੂ ਫੋਰ ਕਮਿੰਗ ਜੀ। ਅੱਜ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ, ਕੇਜਰੀਵਾਲ ਦੀ ਔਰ ਭਗਵੰਤ ਮਾਨ ਦੀ ਜੋ ਨੀਤੀ ਹੈ ਪੰਜਾਬੀਆਂ ਨੂੰ ਲੈ ਕੇ, ਖਾਸ ਤੌਰ ਤੇ ਬੰਦੀ ਸਿੰਘਾਂ ਨੂੰ ਲੈ ਕੇ, ਉਹਦੇ ਬਾਰੇ ਕਈ ਵਾਰੀ ਪਹਿਲਾਂ ਵੀ ਚਰਚਾ ਹੋਈ ਹੈ ਔਰ ਅੱਜ ਉਹਦਾ ਇੱਕ ਨਵਾਂ ਪ੍ਰਮਾਣ ਤੁਹਾਡੇ ਸਾਹਮਣੇ ਆਇਆ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਕੇਵਲ ਤੇ ਕੇਵਲ ਨਿਰਭਰ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ। ਮਗਰ ਅਸੈਂਬਲੀ ਜਿਹਨੇ 29 ਸਾਲ
ਜੇਲ੍ਹ 'ਚ ਰਹੇ ਆ, ਮਨੁੱਖੀ ਅਧਿਕਾਰਾਂ ਦਾ ਵੀ ਬੰਦੀ ਸਿੰਘਾਂ ਦੇ ਮਸਲੇ 'ਚ ਘਾਣ ਇਸ ਲਈ ਮੰਨਿਆ ਜਾਂਦਾ ਕਿਉਂਕਿ ਇੰਨਾ ਲੰਮਾ ਸਮਾਂ 10x10 ਦੀ ਸੈੱਲ 'ਚ ਰਹਿਣਾ ਕਿ ਫਾਂਸੀ ਚੱਕੀਆਂ 'ਚ ਰਹਿਣਾ ਇਹ ਇਨਹਿਊਮਨ ਹੈ, ਇਹ ਇਨਸਾਨੀਅਤ ਦੇ ਉਲਟ ਹੈ। ਔਰ ਇਹਨਾਂ ਦੇ ਮਸਲੇ 'ਚ ਜਲਦ ਫੈਸਲਾ ਆਵੇ ਇਹ ਬਾਰ ਬਾਰ ਡਿਮਾਂਡ ਰਹੀ ਹੈ। ਦੇਖੋ ਇਨ ਤਮਿਲਨਾਡੂ ਸਾਰੀ ਪਾਰਟੀਆਂ ਇਕੱਠੀਆਂ ਹੋ ਕੇ ਰਾਜੀਵ ਗਾਂਧੀ ਦੇ ਜਿਹੜੇ ਕਿਲਰ ਸਨ ਉਹਨਾਂ ਨੂੰ ਰਿਹਾ ਕਰਾਉਣ 'ਚ ਕਾਮਯਾਬ ਰਹੇ। ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੰਦੀ ਸਿੰਘਾਂ ਦੇ ਮਸਲੇ 'ਚ ਬੜਾ ਸਪਸ਼ਟ ਹੈ, ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਕੇਜਰੀਵਾਲ ਨੇ 2017-18 ਤੋਂ ਉਹਨਾਂ ਕੋਲ ਇਹ ਫਾਈਲ ਬਾਰ ਬਾਰ ਪੁੱਟਾ ਪੋਈ ਆ, ਔਰ ਅੱਜ 7ਵੀਂ ਵਾਰੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਕੇਸ ਰਿਹਾਈ ਦਾ ਰਿਜੈਕਟ ਕਰਤਾ। ਐਂਡ ਸੰਬਡੀ ਜਿਹਦੀ ਫਾਂਸੀ ਇਸ ਗੱਲ ਤੇ ਸੁਪਰੀਮ ਕੋਰਟ ਨੇ ਤਬਦੀਲ ਕੀਤੀ ਦੈਟ ਹੀ ਇਜ਼ ਨਾਟ ਕੀਪਿੰਗ ਵੈਲ, ਉਹ ਠੀਕ ਨਹੀਂ ਨੇ, ਔਰ ਇਸ ਕਰਕੇ ਉਹਨਾਂ ਦੀ ਤਬਦੀਲ ਹੋਈ। ਉਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ 'ਚ ਉਦੋਂ ਬਾਦਲ ਸਾਹਿਬ ਨੇ ਟ੍ਰਾਂਸਫਰ ਕਰਾਇਆ ਔਰ ਮੁੜ ਕੇ ਉਹ ਪਰੋਲ ਰਹਿੰਦੇ ਰਹੇ ਆ, ਔਰ ਉਹਨਾਂ ਦੀ ਸਿਹਤ ਅੱਜ ਵੀ ਇਲਾਜ ਚੱਲ ਰਿਹਾ ਉਹ ਠੀਕ ਨਹੀਂ ਹੈ। ਜਿਹੜਾ ਬੰਦਾ ਪਰੋਲ ਤੇ ਆ ਸਕਦਾ, ਜਿਹੜੇ ਬੰਦੇ ਨੇ 29 ਸਾਲ ਸਜ਼ਾ ਕੱਟ ਲਈ ਹੋਵੇ ਉਹ ਕਿਹੜਾ ਖਤਰਾ ਸਾਬਿਤ ਹੋ ਰਿਹਾ? ਇਹ ਮਾਨਸਿਕਤਾ ਦਰਾਉਂਦੀ ਹੈ ਕਿ ਪੰਜਾਬੀਆਂ ਦੀ ਸਿੱਖ ਕੌਜ ਨੂੰ ਲੈ ਕੇ ਜਿਨ੍ਹਾਂ ਨੇ ਦੇਸ਼ ਪੰਜਾਬ ਨੇ ਪੰਜਾਬ ਖਾਤਰ ਜੋ ਪੰਜਾਬ ਦੇ ਵਿੱਚ ਬੇਇਨਸਾਫੀ ਹੋਈ, ਹਿਊਮਨ ਰਾਈਟਸ ਵਾਇਲੇਸ਼ਨ ਹੋਈ, ਉਹਦੇ ਲਈ ਜੇ ਕੋਈ ਲੜੇ ਉਹਨੂੰ ਕੇਸ ਨਜ਼ਰੀਏ ਨਾਲ ਕੇਜਰੀਵਾਲ ਦੇਖਦੇ। ਔਰ ਇਕੱਲਾ ਇਹ ਨਹੀਂ, ਦੋਹਰੇ ਮਾਪਦੰਡ ਦੀ ਹੁਣ ਮੈਂ ਗੱਲ ਕਰਨ ਲੱਗਿਆ। 295A ਦੀ ਸੈਂਕਸ਼ਨ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਰਾਜੋਆਣਾ ਦੇ ਕੇਸ 'ਚ ਤਾਂ ਜੋ ਐਟੀਟਿਊਡ ਹੈ ਤੁਸੀਂ ਸਾਰਿਆਂ ਦੇ ਸਾਹਮਣੇ, ਅਸੀਂ ਮਿਲਣ ਜਾਈਏ ਸਾਨੂੰ ਅਲਾਊਡ ਨਹੀਂ, ਮਗਰ ਇਹ ਰਾਮ ਰਹੀਮ ਦੇ ਮਸਲੇ 'ਚ ਕਿੱਡਾ ਵਧੀਆ ਐਟੀਟਿਊਡ ਅਡਾਪਟ ਕਰਦੀ ਆ ਆਮ ਆਦਮੀ ਪਾਰਟੀ ਔਰ ਭਾਜਪਾ, ਉਹ ਤੁਹਾਡੇ ਸਾਹਮਣੇ ਉਹਨੂੰ ਬਾਰ ਬਾਰ ਪਰੋਲ ਮਿਲਦੀ ਹੈ, ਇੱਕ SIT ਬਣੀ, ਆ ਉਹ ਫੋਟੋ ਹੈ ਜਿਸ SIT ਦੀ ਆਪਣਾ ਭਗਵੰਤ ਮਾਨ ਜੀ ਨੇ ਰਿਪੋਰਟ ਬੜੀ ਅਜੰਤਿਕ ਕੀਤੀ ਸੀ, ਔਰ ਜਦੋਂ ਇਹ ਰਿਪੋਰਟ ਦਿੱਤੀ ਸੀ ਇਹਦੇ 'ਚ ਰੈਕਮੈਂਡੇਸ਼ਨ ਸੀ ਕਿ 295A ਦਾ ਪਰਚਾ ਆ ਸੌਦੇ ਸਾਹਿਬ ਤੇ ਦਰਜ ਹੋਣਾ ਚਾਹੀਦਾ। ਤੇ ਹੋਮ ਮਿਨਿਸਟਰ ਕੌਣ ਹੈ, ਉਸ ਤੇ ਕਿਉਂ ਬੈਠੇ ਨੇ, ਉਹਦੀ ਸੈਂਕਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ? ਸਿੰਪਲ ਕਾਰਨ ਇੱਕ ਹੈ, ਕਿਉਂਕਿ ਹਰਿਆਣੇ 'ਚ ਇਲੈਕਸ਼ਨ ਆ ਰਹੀ ਹੈ ਔਰ ਆਮ ਆਦਮੀ ਪਾਰਟੀ ਔਰ ਰੂਲਿੰਗ ਪਾਰਟੀ ਉੱਥੋਂ ਦੀ ਜਿਹੜੀ BJP ਉਹਨੂੰ ਪਰੋਲ ਦਿੰਦੀ ਹੈ, ਉਹਨਾਂ 'ਚ ਰੇਸ ਲੱਗੀ ਕਿ ਅਸੀਂ ਇਹ ਆਪਦਾ ਇਹਨੂੰ ਨਾਰਾਜ਼ ਨਹੀਂ ਕਰਨਾ। ਦਿਸ ਇਜ਼ ਦਾ ਸਿੰਪਲ ਰੀਜ਼ਨ ਕਿ ਇਹਨੂੰ ਪ੍ਰਵਾਨਗੀ ਨਹੀਂ ਮਿਲ ਰਹੀ। ਔਰ ਇਕੱਲੀ ਇਹ ਨਹੀਂ, ਜਿਹੜੀ ਕੱਟੜ ਇਮਾਨਦਾਰ ਆਪਦੇ ਆਪ ਨੂੰ ਕਹਿੰਦੇ ਨੇ ਉਹਨਾਂ ਦੀ ਮੈਂ ਥੋੜ੍ਹੀ ਅੱਜ ਕਈ ਵਜ਼ੀਰਾਂ ਦੀ ਹਰਕਤਾਂ ਦੀ ਗੱਲ ਕਰ ਰਿਹਾ। ਕਟਾਰੂ ਚੱਕ ਦਾ ਤਾਂ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ, ਵੇਖੋ ਉਹਦੇ 'ਚ ਵੀ ਕਮਾਲ ਦੀ ਗੱਲ ਹੋਈ, ਉਹਨੇ ਜੋ ਕੁਝ ਕੀਤਾ ਉਹ ਅਨਅਕਸੈਪਟੇਬਲ ਸੀ, ਉਹਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਸੀ। ਜੇ ਕੋਈ
ਵਾਕਈ ਇਮਾਨਦਾਰ ਹੁੰਦਾ ਤੇ ਉਹਤੇ ਪਰਚਾ ਦਰਜ ਹੋ ਕੇ ਉੱਥੇ ਕਾਰਵਾਈ ਹੋ ਜਾਣੀ ਸੀ। ਜੇ ਇਸ ਵੀਡੀਓ ਨੇ ਗਵਰਨਰ ਸਾਹਿਬ ਨੇ ਕਹਿ ਤਿਆ ਕਿ ਫੋਰੈਂਸਿਕ ਕਹਿੰਦੀ ਹੈ ਸਹੀ ਹੈ ਔਰ ਉਹਨਾਂ ਨੇ ਪੰਜਾਬ ਨੂੰ ਭੇਜਤੀ, ਮਗਰ ਪੰਜਾਬ ਨੇ ਉਹਨੂੰ ਇਸ ਤਰੀਕੇ ਨਾਲ ਠੰਡੇ ਬਸਤੇ ਚ ਪਾਇਆ, ਉਹ ਵਿਕਟਮ ਨੂੰ ਇਸ ਤਰੀਕੇ ਨਾਲ ਇੱਕ ਸਿੱਟ ਬਣਾ ਕੇ ਹੈਂਡਲ ਕੀਤਾ ਕਿ ਉਹ ਕੰਪਲੇਨੈਂਟ ਹੀ ਭੱਜ ਗਿਆ, ਉੱਤੇ ਇਸ ਤਰੀਕੇ ਦਾ ਪ੍ਰੈਸ਼ਰ ਪਾਇਆ ਕਿ ਉਹ ਆਪਦੀ ਅਖੀਰ ਚ ਆਪਦੀ ਕੰਪਲੇਂਟ ਨੂੰ ਵਿਡਰਾਅ ਕਰਨਾ ਪਿਆ। ਅੱਜ ਵੀ ਹਾਲਾਤ ਉਹੀ ਬਣੇ ਪਏ ਆ। ਆ ਮੈਨੂੰ ਤਾਂ ਇਸ ਗੱਲ ਦੀ ਤਸੱਲੀ ਹੈ ਕਿ ਇਹਨਾਂ ਭਾਈ ਸਾਹਿਬ ਦਾ ਵਿਆਹ ਹੋ ਗਿਆ ਆਪਣੇ ਦਾ, ਮੇਰੇ ਵੱਡੇ ਵੀਰ ਦਾ, ਹਿੰਮਤ ਸਿੰਘ ਸ਼ੇਰਗਿੱਲ ਸਾਹਿਬ ਦਾ। ਬੜਾ ਔਖਾ ਹੋਇਆ, ਮੈਨੂੰ ਲੱਗਦਾ ਸ਼ਾਇਦ 45-50 ਸਾਲ ਦੀ ਉਮਰ ਹੈ। ਮੈਨੂੰ ਤਾਂ ਸੀਗਾ ਮੈਨੂੰ ਸੱਦਣਗੇ, ਮੈਨੂੰ ਨਹੀਂ ਸੱਦਿਆ, ਮਗਰ ਇੱਕੋ ਗਏ ਆ ਬਾਹਰ ਵਿਆਹ ਤੇ। ਆ ਇੱਕ ਤਾਂ ਸਰਬਾਲਾ ਸਾਹਿਬ ਦੀ ਫੋਟੋ ਤੁਸੀਂ ਵੇਖ ਹੀ ਲਿਆਉਣੀ, ਅੱਜ ਮੈਂ ਟਵੀਟ ਵੀ ਕੀਤੀ ਆ। ਅੱਛਾ ਆਪਣਾ ਸੰਧਵਾ ਜੀ ਸਰਬਾਲਾ ਬਣੇ ਆ ਹਿੰਮਤ ਸਿੰਘ ਸ਼ੇਰਗਿੱਲ ਸਾਹਿਬ ਦੇ, ਉਹਨਾਂ ਲਈ ਵੇਖੋ ਕਿੱਡੀ ਇੰਪੋਰਟੈਂਟ ਕਲੀਅਰੈਂਸ ਦੇਣੀ। ਹੁਣ ਮੇਰੇ ਸਮਝ ਆਈ ਕਿ ਇੱਥੋਂ ਪੰਜਾਬ ਪੁਲਿਸ ਦੀ ਕਲੀਅਰੈਂਸ ਦੇਣੀ ਕਿਉਂ ਜ਼ਰੂਰੀ ਸੀ। ਇਹ ਨਾ ਪਹੁੰਚਦਾ ਪਿਓ ਦਾ ਪੁੱਤ ਤੇ ਉਹਨੇ ਵਿਆਹ ਨਹੀਂ ਅੱਗੇ ਕਰਾਉਣਾ ਸੀ, ਮਗਰ ਇਹਦੇ ਵਾਸਤੇ ਤੁਸੀਂ ਮਿਸਲੀਡ ਕਰੋ ਇੰਟਰਨੈਸ਼ਨਲ। ਜਿਹਨੂੰ ਸੰਧੋਆ ਉਹ ਬੰਦਾ ਹੈ ਜਿਹਨੂੰ ਪਹਿਲਾਂ ਵੀ ਵਾਪਸ ਭੇਜਤਾ ਸੀ ਕੈਨੇਡੀਅਨਸ ਨੇ ਔਰ ਕੈਨੇਡੀਅਨ ਸਰਕਾਰ ਨੇ, ਕਿਉਂਕਿ ਇੱਥੇ ਐਡੇ ਗੰਭੀਰ ਆਰੋਪ ਸਨ। ਮਗਰ ਜਿਹੜੇ ਆਪਦੇ ਆਪ ਨੂੰ ਰਖਵਾਲੇ ਕਹਿੰਦੇ ਆ ਇਨਸਾਨੀਅਤ ਦੇ, ਉਹਨਾਂ ਦੀ ਹਰਕਤਾਂ ਅੱਜ ਮੈਂ ਇਕੱਲੀਆਂ ਦੱਸ ਰਿਹਾ ਕਿ ਆਹ ਭਾਈ ਸਾਹਿਬ ਉੱਥੇ ਭੰਗੜਾ ਪਾ ਰਹੇ ਹੈ, ਕਿਉਂਕਿ ਇਹਦੇ ਇਹ ਨਾ ਭੰਗੜਾ ਪਾਉਂਦਾ ਤੇ ਸ਼ਾਇਦ ਇਹਦਾ ਵਿਆਹ ਸਿਰੇ ਨਹੀਂ ਚੜਨਾ। ਆ ਇੱਕ ਫੋਟੋ ਆ ਲਓ, ਆ ਇੱਥੇ ਭੰਗੜਾ ਪਾ ਰਹੇ ਆ। ਇਹ ਭੰਗੜਾ ਪਾਉਣ ਦੇ ਲਈ ਪਹੁੰਚੇ ਕਿਵੇਂ? ਆ ਸਪੀਕਰ ਸਾਹਿਬ ਖਲੋਤੇ, ਸਪੀਕਰ ਸਾਹਿਬ ਨਾਲ ਭੰਗੜਾ ਪਾ ਰਹੇ ਆ। ਆ ਅਗਲੀ ਫੋਟੋ ਇੱਕ ਫੜੀ ਜਾਈ ਯਾਰ, ਇੱਕ ਹੋਰ ਵੀ ਆ। ਇੱਕ ਇਹਨੇ ਤਾਂ ਰੇਖਾ ਹੀ ਹੋਣਾ ਨਾ ਸਾਡੇ ਬੱਬੂ ਗੋਚੇ ਨੇ, ਉਹ ਕਿੱਧਰ ਆ ਰਹੇ? ਆ ETO ਸਾਹਿਬ ਨਾਲ ਖਲੋਤੇ ਆ। ਆ ETO ਸਾਹਿਬ ਪਹੁੰਚੇ ਉੱਥੇ ਵਿਆਹ ਤੇ, ਉਸੇ ਵਿਆਹ ਤੇ ਕੈਬਨਿਟ ਦੇ ਮਿਨਿਸਟਰ। ਆ ਹਰਜੋਤ ਬੈਂਸ ਪਹੁੰਚਿਆ, ਹਰਜੋਤ ਬੈਂਸ ਨਾਲ ਵੀ ਆ ਫੋਟੋ। ਆ ਇਹ ਸਾਰੀਆਂ ਫੋਟੋਆਂ ਚ ਮੈਂ ਵੀ ਹੈਰਾਨ ਹੋ ਗਿਆ ਕਿ ਜੇਸ ਚ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਕੰਪਲੇਨੈਂਟ ਭਾਵੇਂ ਆਪਦੀ ਕੰਪਲੇਂਟ ਵਿਡਰਾਅ ਕਰ ਜੇ, ਮਗਰ ਸੋਡਮੀ ਬਦਫੈਲੀ ਬੱਚੇ ਨਾਲ ਬਦਫੈਲੀ ਦੇ ਜੁਰਮ ਤੇ ਇਹ ਪੁਲਿਸ ਇਹ ਵਿਡਰਾਅ ਨਹੀਂ ਕਰ ਸਕਦੀ ਕੇਸ ਜੋ ਮਰਜ਼ੀ ਹੋ ਜੇ, ਮਗਰ ਇਹ ਬੰਦਾ ਏਡਾ ਜ਼ਰੂਰੀ ਆਮ ਆਦਮੀ ਪਾਰਟੀ ਲਈ, ਇਹਨਾਂ ਤੋਂ ਬਗੈਰ ਇਹਨਾਂ ਦੀ ਪਾਰਟੀ ਨਹੀਂ ਚੱਲਦੀ ਕਟਾਰੂ ਚੱਕ ਤੇ ਇਹੋ ਜਿਹਿਆਂ ਦੇ ਬਗੈਰ, ਕਿ ਉਹਨੂੰ ਸਪੈਸ਼ਲ ਕਲੀਅਰੈਂਸ ਦਵਾਉਣੀ ਪਈ ਕਿ ਉਹ ਉੱਥੇ ਪਹੁੰਚ ਜੇ ਵਿਆਹ ਤੇ, ਨਹੀਂ ਤਾਂ ਉਹਨੇ ਵਿਆਹ ਨਹੀਂ ਕਰਾਉਣਾ ਸੀਗਾ। ਕਹਿੰਦੇ ਉਹਦੀ ਵੀ ਜਿੱਦ ਸੀ ਕਿ ਜਦ ਤੱਕ ਮੇਰਾ ਵੀਰ ਨਾ ਆਵੇ ਸੰਧੋਆ ਤੇ ਉਹਨੇ ਵਿਆਹ ਨਹੀਂ ਕਰਾਉਣਾ। ਇਹ ਤਾਂ ਹਾਲਾਤ ਬਣੇ ਪਏ। ਇਹ ਮਿਨਿਸਟਰਸ ਦੀ ਕੋਈ ਮੋਰੈਲਿਟੀ ਰਹਿ ਗਈ ਆ ਕਿ ਮਿਨਿਸਟਰ ਦੀ ਇਹ ਜੀ ਕਲੀਅਰੈਂਸ ਦਵਾਉਣੀ? ਬਿਕੋਜ਼ ਉਹਨੂੰ ਡਿਟੇਨ ਕਰਤਾ ਗਿਆ ਸੀਗਾ ਸੰਧੋਆ ਨੂੰ ਉੱਥੇ 8 ਘੰਟੇ ਵਾਸਤੇ, ਐਂਡ ਉਹਦੀ ਕੈਨੇਡੀਅਨਸ ਵਰ ਅਗੇਨ ਗੋਇੰਗ ਟੂ ਸੈਂਡ ਹਿਮ ਬੈਕ ਬਿਕੋਜ਼ ਬੜੇ ਸੀਰੀਅਸ ਜੋ ਮੈਂ ਇੱਕ ਮਾਈਨਰ ਦੇ ਉੱਤੇ ਬਦਫੈਲੀ ਕਰਨਾ, ਸੋਡਮੀ ਕਰਨੀ, ਏਡੇ ਸੀਰੀਅਸ ਆਰੋਪ ਤੇ। ਮਗਰ ਸਰਕਾਰ ਦੇ ਹਾਲਾਤ ਵੇਖ ਲਓ, ਇੱਕ ਸਪੀਕਰ, 2 ਕੈਬਨਿਟ ਦੇ ਮਿਨਿਸਟਰ ਤੇ ਹੋਮ ਮਿਨਿਸਟਰ ਕੌਣ? ਉਹ ਕਟਾਰੂ ਚੱਕਦਾ ਯਾਰ, ਭਗਵੰਤ ਮਾਨ ਜਿਹਨੇ ਕਟਾਰੂ ਚੱਕ ਨੂੰ ਕਲੀਨ ਚਿੱਟ ਦਿੱਤੀ,
ਉਹਨੇ ਆਪਦੇ SSP ਨੂੰ ਕਹਿ ਕੇ ਇਹਨੂੰ ਵੀ ਕਲੀਨ ਚਿੱਟ ਦਵਾਤੀ। ਮਗਰ ਜਿੱਥੇ ਗੁਰਮੀਤ ਰਾਮ ਰਹੀਮ ਦੇ ਮਸਲੇ 'ਚ ਸੈਂਕਸ਼ਨ ਨਹੀਂ ਦੇਣੀ, ਦੋ ਦੋ ਸਾਲ ਉਸ ਕੇਸ 'ਚ ਤੁਹਾਡੀ ਸਿੱਟ ਦਾ ਫੈਸਲਾ, ਤੁਸੀਂ ਰਿਪੋਰਟ ਜਨਤਕ ਕਰ ਰਹੇ ਹੋ, ਉਸ ਰਿਪੋਰਟ 'ਚ ਜੋ ਲਿਖਿਆ ਉਹਦੇ 'ਤੇ ਤੁਸੀਂ ਧਿਆਨ ਨਹੀਂ ਦੇਣਾ ਚਾਹ ਰਹੇ, ਕੀ ਮਜਬੂਰੀ ਆ। ਮਗਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜਾਂ ਰਾਜੋਆਣੇ ਦਾ ਕੇਸ ਆ ਜੇ ਉੱਥੇ ਬੜੇ ਤਤਪਰ ਹੋ ਜਾਂਦੇ। ਔਰ ਇਕੱਲੀ ਇਹ ਨਹੀਂ, ਆ ਮੈਂ ਕਿਉਂਕਿ ਅੱਜ ਗੱਲਾਂ ਕਈ ਰਲ ਗਈਆਂ ਨੇ, ਮੈਂ ਮਿਨਿਸਟਰ ਦੀ ਕਾਰਗੁਜ਼ਾਰੀ ਦੀ ਗੱਲ ਕਰ ਰਿਹਾ। ਮਾਈਨਿੰਗ ਬੜਾ ਵੱਡਾ ਮੁੱਦਾ। ਆ ਕੁਛ ਦਿਨ ਪਹਿਲਾਂ ਚਲੋ ਇਹ ਫੋਟੋ ਤਾਂ ਜਨਤਕ ਹੋ ਹੀ ਗਈਆਂ ਕਿ ਕਿਵੇਂ ਆ ਮਾਈਨਿੰਗ ਮਿਨਿਸਟਰ ਤੀਜਾ ਬਦਲਤਾ। ਪਹਿਲਾਂ ਹਰਜੋਤ ਬੈਂਸ ਸੀ, ਉਹਨੂੰ ਹਟਾਇਆ ਕਿ ਇਹ ਮਾਈਨਿੰਗ ਮਾਫੀਆ ਨਾਲ ਰਲ ਗਿਆ। ਫਿਰ ਦੂਜੇ ਨੂੰ ਹਟਾ ਤਾ ਆਪਣੇ ਨੂੰ ਗੁਰਮੀਤ ਢੇਰ ਨੂੰ, ਕਿਉਂਕਿ ਇਹ ਤਾਂ ਦੇਖੋ ਇੰਡਾਈਟਮੈਂਟ ਹੈ ਬਾਏ ਦ ਚੀਫ ਮਿਨਿਸਟਰ ਕਿ ਇਹ ਨਹੀਂ ਕੰਮ ਠੀਕ ਕਰ ਰਿਹਾ। ਚੀਫ ਮਿਨਿਸਟਰ ਨੇ ਤਦੇ ਹਟਾ ਤਾ, ਹੁਣ ਤੀਜਾ ਰਲਿਆ। ਇਹ ਵਿਆਹ ਵੀ ਉਹਨਾਂ ਦੇ ਜਾਵੇ ਜਿਹਨਾਂ ਤੇ ਮਾਈਨਿੰਗ ਦੇ ਪਰਚੇ, ਤੇ ਗੁਲਦਸਤੇ ਵੀ ਉਹਨਾਂ ਤੋਂ ਹੀ ਲਵੇ ਜਿਹਨਾਂ ਦੇ ਮਾਈਨਿੰਗ ਦੇ ਪਰਚੇ। ਆ ਗੁਰਮੀਤ ਸਿੰਘ ਹੈ ਜੀ, ਇਹਦੇ ਤੇ 4 FIRਾਂ ਨੇ, ਇੱਥੇ ਮੈਂ ਤੁਹਾਨੂੰ ਦੇ ਹੀ ਦੇਣਾ। FIR ਨੰਬਰ 00323313 ਨੂਰਪੁਰ ਬੇਦੀ ਥਾਣਾ, ਦੂਜੀ FIR ਨੰਬਰ 47 ਨੂਰਪੁਰ ਬੇਦੀ 15423, ਤੀਜੀ FIR 01102822, ਔਰ ਚੌਥੀ FIR ਰੂਪਨਗਰ ਅਗੇ ਨੂਰਪੁਰ ਬੇਦੀ 01313922, ਜਿਸ 'ਚ 4 ਮਾਈਨਿੰਗ ਦੇ ਪਰਚੇ ਹੋਣ। ਉੱਥੋਂ ਹੀ ਗੁਲਦਸਤਾ ਲੈਣਾ, ਹੋਰ ਕੋਈ ਤੁਹਾਨੂੰ ਗੁਲਦਸਤਾ ਲੈਣ ਨੂੰ ਮਿਲਦਾ ਨਹੀਂ। ਔਰ ਇਹੀ ਕਾਰਨ ਹੈ ਕਿ ਕੋਰਟ ਹਾਈ ਆਨਰੇਬਲ ਹਾਈ ਕੋਰਟ ਨੂੰ ਅਖੀਰ 'ਚ ਇਹਦੇ 'ਚ ਕੋਰਟ ਕਮਿਸ਼ਨਰ ਲਾਉਣਾ ਪਿਆ। ਦੈਟ ਦੇ ਹੈਵ ਨੋ ਫੇਥ। ਦੇਖੋ ਇਲੀਗਲ ਮਾਈਨਿੰਗ ਹੁੰਦੀ ਹੈ, ਬੰਦਾ ਪਹਿਲਾਂ ਕੰਪਲੇਂਟ ਕਰਦਾ ਹੈ, ਔਰ ਇਹਦੇ 'ਚ ਇੱਕ ਪਾਸੇ ਤਾਂ ਕੰਪਲੇਨਡ ਵੀ ਮਾਈਨਿੰਗ ਮਹਿਕਮਾ ਹੈ, ਮਾਈਨਿੰਗ ਮਹਿਕਮਾ ਕੰਪਲੇਂਟ ਕਰ ਰਿਹਾ, ਤੇ ਮੰਤਰੀ ਮਾਈਨਿੰਗ ਦਾ ਜਾ ਕੇ ਉਹਨਾਂ ਦੇ ਪ੍ਰੋਗਰਾਮਾਂ 'ਚ ਸ਼ਾਮਿਲ ਹੋ ਰਿਹਾ, ਉਹਨਾਂ ਤੋਂ ਗੁਲਦਸਤੇ ਲੈ ਰਿਹਾ। ਕੀ ਮੋਰੈਲਿਟੀ ਰਹਿ ਗਈ, ਕੀ ਐਥਿਕਸ ਰਹਿ ਗਏ, ਕਿਵੇਂ ਇਨਸਾਫ ਹੋਣਾ, ਕਿਵੇਂ ਇਲੀਗਲ ਮਾਈਨਿੰਗ ਰੁਕਣੀ। ਔਰ ਇਹੀ ਕਾਰਨ ਬਣਿਆ ਕਿ ਲੋਕੀ ਅਖੀਰ 'ਚ ਇਨਸਟੈਡ ਆਫ ਕੰਪਲੇਨਿੰਗ ਟੂ ਦਾ ਪੁਲਿਸ, ਦੇ ਹੈਵ ਲੋਸਟ ਫੇਥ ਇਨ ਦਾ ਪੁਲਿਸ, ਦੇ ਹੈਵ ਲੋਸਟ ਫੇਥ ਇਨ ਦਾ ਗਵਰਨਮੈਂਟ, ਅਖੀਰ 'ਚ ਉਹ ਹਾਈ ਕੋਰਟ ਨੂੰ ਅਪਰੋਚ ਕਰ ਰਹੇ ਆ ਕਿ ਤੁਸੀਂ ਕੁਛ ਕਰ ਲਓ, ਨਹੀਂ ਤਾਂ ਕੁਛ ਨਹੀਂ ਹੋਣਾ। BSF ਨੇ ਇਸ ਮੁੱਦੇ 'ਚ ਇੰਡੋ ਪਾਕ ਬਾਰਡਰ 'ਤੇ ਇਲੀਗਲ ਮਾਈਨਿੰਗ ਕਿਵੇਂ ਵੱਡਾ ਚੈਲੰਜ ਫੇਸ ਕਰ ਰਿਹਾ। ਮੇਰਾ ਇਹ ਕਹਿਣ ਦਾ ਭਾਵ ਹੈ ਕਿ ਨੋਟ ਵਨ ਮਿਨਿਸਟਰ, ਕੱਟਰ ਇਮਾਨਦਾਰਾਂ ਦੇ ਕੱਟਰ ਬੇਈਮਾਨ ਕੰਮ ਵੇਖੋ, ਫਰੋਮ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਕੇਸ ਟੂ ਸੌਦਾ ਸਾਧ ਟੂ ਮਾਈਨਿੰਗ ਇਸ਼ੂਜ਼ ਟੂ ਸੋਡਮੀ ਇਸ਼ੂਜ਼ ਟੂ ਕਟਾਰੂ ਚੱਕ ਇਸ਼ੂ, ਔਰ ਜਿਹੜੀ ਹਾਲੇ ਇੱਕ ਵੀਡੀਓ ਆਉਣੀ ਹੈ ਇੱਕ ਮੰਤਰੀ ਦੀ ਉਹਦੇ ਇਸ਼ੂ ਤੱਕ, ਹਟਦੀ ਨਹੀਂ ਯਾਰ ਇਹ। ਫਿਰ ਇਹ ਕਹਿੰਦੇ ਬਦਲਾਵ ਲਿਆਉਣਾ ਸੀ, ਕਿ ਇਹ ਬਦਲਾਵ ਲਿਆਉਣਾ ਸੀ ਤੁਸੀਂ, ਕਿਉਂਕਿ ਇਹ ਜਿਹੀਆਂ ਡੇਢ ਸਾਲ ਦੇ ਅੰਦਰ ਅੰਦਰ ਇਹ ਜੇ ਝੰਡੇ ਤਾਂ ਕਹਿਣ ਲੱਗਦਾ ਕਿਸੇ ਸਰਕਾਰ 'ਚ ਇੰਨੇ ਮੰਤਰੀਆਂ ਦੇ ਨਹੀਂ ਝੂਲਦੇ ਜਿੰਨੇ ਤੁਸੀਂ ਝੂਲਣ ਲਾ ਤੇ। ਔਰ ਹੁਣ ਤਾਂ ਡਰ ਰੱਖਦਾ ਤੁਹਾਨੂੰ ਵੀ, ਮੈਂ ਬੇਨਤੀ ਕਰਾਂ, ਚਲੋ ਸਾਨੂੰ ਤਾਂ ਨਹੀਂ ਮਿਲਦੇ, ਅਸੀਂ ਤਾਂ ਤੁਸੀਂ ਨਾ ਐਵੇਂ ਮਿਲ ਮੁਲ ਜਿਲੇ ਜਾਇਆ ਕਰੋ, ਬੜੇ ਖਤਰਨਾਕ ਬੰਦੇ ਨੇ, ਮਤਲਬ ਇਟਸ ਬੈਟਰ ਟੂ ਬੀ ਸੇਫ ਦੈਨ ਟੂ ਬੀ ਸੋਰੀ। ਇਹਨਾਂ ਦਾ ਐਡਾ ਡਿੱਗਿਆ ਹੋਇਆ ਹਾਲਾਤ ਬਣ ਗਏ ਆ,
ਤੁਸੀਂ ਇਨਸਟੈਡ ਆਫ ਕੈਨੇਡੀਅਨ ਸੋਇਲ ਤੇ ਜਾ ਕੇ ਉਸ ਸਰਕਾਰ ਨੂੰ ਕੀ ਮੈਸੇਜ ਦੇ ਰਹੇ ਹੋ ਤੁਸੀਂ ਕਿ ਤੁਹਾਡੇ ਹਿਊਮਨ ਰਾਈਟਸ ਵਾਇਲੇਸ਼ਨ ਜਿਹੜੇ ਲੋਕ ਕਰਨ, ਜਿਹੜੇ ਸੋਡਮੀ ਵਰਗੇ ਜੁਰਮ ਕਰਨ, ਉਹਨਾਂ ਪ੍ਰਤੀ ਆਮ ਆਦਮੀ ਪਾਰਟੀ ਦੀ ਕੀ ਸੋਚ ਹੈ, ਕੀ ਮੈਸੇਜਿੰਗ ਤਾਂ ਵੇਖੋ ਇੰਟਰਨੈਸ਼ਨਲ ਕੰਟਰੀ ਤੇ ਕੀ ਦੇ ਰਹੇ। ਸੋ ਆਈ ਡਿਮਾਂਡ ਇੱਕ ਇਨਕੁਆਇਰੀ ਕਿ ਇਹ ਕਿਹਨੇ ਕਲੀਅਰੈਂਸ ਸਰਟੀਫਿਕੇਟ ਦਿੱਤਾ, ਔਰ ਨਾਲ ਦੀ ਨਾਲ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਮਲੇ 'ਚ ਜਿਹੜੀ ਰਿਜੈਕਸ਼ਨ ਦੇ ਉਹਨਾਂ ਦੇ ਕਾਰਨ ਬਣੇ, ਉਹ ਸਾਰਾ ਕੁਝ ਜਨਤਕ ਕਰਦੇ ਹੋ ਹੁਣ। ਇਹਦੇ ਤਾਂ ਬੜੇ ਤੁਸੀਂ ਗੱਲ ਕਹਿੰਦੇ ਹੋ ਕਿ ਅਸੀਂ ਬੇਅਦਬੀ ਦੇ ਖਿਲਾਫ਼ ਹੈ, ਬੇਅਦਬੀ ਦੇ ਖਿਲਾਫ਼ ਤੁਸੀਂ ਕਿੰਨੇ ਹੋ, ਤਾਂ ਤੁਹਾਡਾ ਜੱਗ ਜ਼ਾਹਿਰ ਹੈ ਜੋ ਤੁਸੀਂ ਸੁਲਤਾਨਪੁਰ ਲੋਧੀ ਕੀਤਾ। ਇੱਕ ਵੀਡੀਓ ਨਹੀਂ, ਅਨੇਕਾਂ ਹੀ ਵੀਡੀਓ ਆ ਗਈਆਂ ਨੇ। ਮੈਜਿਸਟ੍ਰੇਟ ਕਹਿ ਰਿਹਾ ਫਾਇਰਿੰਗ ਹੋਈ ਨਹੀਂ, ਤੇ ਮੈਂ ਤੁਹਾਨੂੰ ਕਿੰਨੀਆਂ ਵੀਡੀਓ ਜਨਤਕ ਕਰਕੇ ਵਿਖਾਤੀਆਂ ਕਿ ਫਾਇਰਿੰਗ ਵੀ ਹੋਈ, ਅਖੰਡ ਪਾਠ ਸਾਹਿਬ ਖੰਡਿਤ ਵੀ ਹੋਏ, ਗੋਲੀ ਵੀ ਚੱਲੀ, ਗੋਲੀ ਵੱਜੀ ਵੀ ਜੁੱਤੇ ਪਾ ਕੇ, ਔਰ ਇੱਕ DSP ਉਹ ਲੰਮਾ ਜਿਹਾ ਮੁੰਡਾ ਉਹਦਾ ਮੈਂ ਨਾਂ ਭੁੱਲਦਾ, ਪਖਵਾੜੇ ਲੱਗਿਆ ਜਸਪ੍ਰੀਤ ਆ, ਮੈਂ ਕੀ ਦੱਸਿਆ ਸੀ, ਇਹ 4 ਵਾਰੀ ਗਏ ਉੱਥੇ, ਪਹਿਲਾਂ 5 ਵਜੇ, ਫਿਰ 7 ਵਜੇ, ਫਿਰ 11 ਵਜੇ, ਔਰ ਅਖੀਰ 'ਚ 4 ਵਜੇ ਧਾਵਾ, ਜਦ 5 ਵਜੇ ਬੋਲਿਆ, ਸ਼ਰਾਬ ਪੀਤੀ ਗਈ ਉਸ DSP ਦੇ ਘਰ ਬਹਿ ਕੇ, ਕਈ ਅਫਸਰਾਂ ਨੇ, ਫਿਰ ਇਹ ਸ਼ਰਾਬ ਪੀ ਕੇ ਗੁਰੂ ਘਰ ਗਏ ਆ। ਇਹ ਜੇ ਤਾਂ ਹਾਲਾਤ ਬਣਾ ਕੇ, ਵੈਸੇ ਸ਼ਰਾਬ ਪੀ ਕੇ ਚਲੇ ਜਾਣਾ, ਜਦ ਮੁੱਖ ਮੰਤਰੀ ਸ਼ਰਾਬ ਪੀ ਕੇ ਜਹਾਜ਼ ਤੋਂ ਲਾਇਆ ਜਾ ਸਕਦਾ, ਜਦੋਂ ਮੁੱਖ ਮੰਤਰੀ ਸ਼ਰਾਬ ਪੀ ਕੇ ਤਖ਼ਤ ਸਾਹਿਬ ਜਾ ਸਕਦਾ, ਜਦੋਂ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਜਾ ਸਕਦਾ, ਵਾਟ ਐਸ ਡੂ ਯੂ ਐਕਸਪੈਕਟ ਫਰੋਮ ਦੈਮ। ਸੋ ਮੇਰਾ ਅੱਜ ਤੁਹਾਡੇ ਸਾਹਮਣੇ ਇਹ ਸਾਰੇ ਫੈਕਟਸ ਲਿਆਉਣ ਦਾ ਤਾਂ ਸੀ, ਬਿਕੋਜ਼ ਐਵਰੀ ਵੇਅਰ ਟੂਡੇ ਜਿਹੜਾ ਕਾਨੂੰਨ ਨੂੰ ਬ੍ਰੇਕ ਕੀਤਾ ਜਾ ਰਿਹਾ, ਇਟ ਸਟਾਰਟਿੰਗ ਫਰੋਮ ਦਾ ਮਿਨਿਸਟਰ ਡਾਊਨ ਟੂ ਦਾ ਮਿਨਿਸਟਰਸ, ਔਰ ਜਦ ਇਹ ਹਾਲਾਤ ਬਣ ਜਾਏ ਤੇ ਫਿਰ ਵਿਮੈਨ ਐਂਡ ਚਾਇਲਡ ਸੇਫਟੀ, ਸਿਕਿਉਰਿਟੀ, ਲਾਅ ਐਂਡ ਆਰਡਰ, ਇਹਨਾਂ ਦੇ ਜੋ ਹਾਲਾਤ ਬਣ ਰਹੇ ਤੁਹਾਡੇ ਸਾਹਮਣੇ, ਕੋਈ ਬਿਹਤਰ ਨਹੀਂ ਹੋਣੇ। ਇਸ ਲਈ ਮੈਂ ਅੱਜ ਇਹ ਕੁਛ ਫੋਟੋਜ਼, ਕੁਛ ਟਵੀਟਸ ਜਿਹੜੀਆਂ ਮੈਂ ਕੀਤੀਆਂ ਸੀ, ਕਈ ਵਾਰੀ ਤੁਸੀਂ ਵੀ ਵੈਸੇ ਛਾਪਣ ਤੋਂ ਪਹਿਲਾਂ ਘਬਰਾਉਂਦੇ ਹੋ ਕਿ ਕੋਈ ਬੋਲੇ ਫਿਰ ਛਾਪਾਂਗੇ, ਹਾਂ, ਔਰ ਹਲੇ ਤਾਂ ਦਿਨ ਮਗਰੋਂ ਚੜ੍ਹਦਾ, ਇੰਨਾ ਕੁਛ ਮੇਰੇ ਕੋਲ ਆਉਂਦਾ, ਹੁਣ ਤਾਂ ਮੇਰਾ ਫੋਨ ਹੀ ਜਾਮ ਹੋਇਆ ਫਿਰਦਾ ਕਿ ਮੈਂ ਤੁਹਾਨੂੰ ਵਿਖਾਊਂ ਕੀ। ਅੱਜ ਪਤਾ ਨਹੀਂ ਆ ਨਵੀਂ ਆ ਗਈ, ਮੈਂ ਤਾਂ ਹੈਰਾਨ ਆ, ਜੇ ਸੱਚੀ ਗੱਲ ਹੈ ਨਾ, ਧੰਨ ਹੈ ਇਹਦਾ ਪਰਿਵਾਰ ਦਾ ਜੀ ਜਿਹੜਾ ਇਹਦੇ ਨਾਲ, ਮਤਲਬ ਇਹਨਾਂ ਦੇ ਯਾਰ ਏਡੇ ਦਬਕੇ ਮਾਰਦੀ ਆ ਬੀਬੀ। ਜਿਹੜਾ ਹੁਣ ਇਹ ਤਾਂ ਤੁਸੀਂ ਵੀ ਵੈਰੀਫਾਈ ਕਰ ਲਿਓ, ਕਿਉਂਕਿ ਹਲੇ ਮੈਂ ਵੈਰੀਫਾਈ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਲਿਆ, ਕਿਉਂਕਿ ਮੈਨੂੰ ਕਿਸੇ ਨੇ ਜੋ ਭੇਜਿਆ ਉਹ ਕਹਿ ਰਿਹਾ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਮੋਗਾ ਦੇ ਵਿਧਾਇਕਾਂ ਨੇ
ਉਹਨਾਂ ਦੀ ਇਹ ਆਡੀਓ ਦੱਸੀ ਜਾ ਰਹੀ ਹੈ, ਤੁਸੀਂ ਵੀ ਵੈਰੀਫਾਈ ਕਰ ਲਿਓ।